ਕੱਲ੍ਹ ਹੀ ਮੈਨੂੰ ਕੋਈ ਕਹਿ ਰਿਹਾ ਸੀ, ਅਸੀਂ ਤਾਂ ਪੂਰਨ ਸੰਤ ਮੰਨਿਆ ਸੀ, ਇਹ ਤਾਂ ਭ੍ਰਸ਼ਟ ਨਿਕਲਿਆ ਪੇਪਰਾਂ 'ਚ ਬੜੀ ਗੱਲ। ਉਹਨੇ ਤਾਂ ਇਹ ਕੀਤਾ, ਇਹ ਕੀਤਾ, ਇਹ ਕੀਤਾ। ਮੈਂ ਕਿਹਾ ਤੁਸੀਂ ਸੰਤ ਮੰਨਿਆ ਸੀ ਨਾ? ਹਾਂ, ਸੰਤ ਮੰਨਿਆ ਸੀ। ਅਤੇ ਮੈਂ ਕਿਹਾ ਕਿਸ ਆਧਾਰ 'ਤੇ ਮੰਨਿਆ ਸੀ, ਕਿਹੜੇ ਮੀਟਰ ਨਾਲ ਵੇਖਿਆ ਸੀ, ਪਹਿਲੇ ਇਹ ਦੱਸੋ ਕਿਹੜੇ ਮੀਟਰ ਨਾਲ ਵੇਖਿਆ ਸੀ। ਕਈ ਬੀਬੀਆਂ ਵੀ ਮਿਲਦੀਆਂ ਨੇ, ਅਸੀਂ ਤਾਂ ਸੱਚਖੰਡ ਦੇ ਦਰਸ਼ਨ ਕਰਕੇ ਆਈਆਂ, ਨਿਰਾ ਝੂਠ ਮੱਥੇ 'ਤੇ ਟਪਕਦਾ ਪਿਆ, ਸੱਚਖੰਡ ਦੇ ਦਰਸ਼ਨ ਕਰਕੇ ਆਈਆਂ, ਨਿਰਾ ਹੀ ਝੂਠ, ਨਿਰਾ ਹੀ ਝੂਠ। ਸੱਚ ਦੇ 'ਚ ਲੀਨ ਹੋਏ ਬਿਨਾਂ ਕੋਈ ਸੱਚਖੰਡੀ ਨਹੀਂ ਹੈ। ਫਿਰ ਉਸਦੀ ਪਹਿਚਾਣ ਕੌਣ ਕਰੇਗਾ, ਕਿਹੜੇ ਮੀਟਰ ਨਾਲ ਨਾਪੋਗੇ? ਸੰਤ ਨੂੰ ਸਮਝਣ ਵਾਸਤੇ ਮੈਂ ਇੱਕ ਦਲੀਲ ਦਿੰਦਾ ਹੁੰਦਾ। ਇੱਕ ਬੱਚਾ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ, ਇੱਕ 5 ਸਾਲ ਦਾ ਬੱਚਾ 25 ਸਾਲ ਦੇ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ? ਜਵਾਨ ਦੀ ਆਪਣੀ ਉਮੰਗ ਹੈ, ਤਰੰਗ ਹੈ, ਵਾਸ਼ਨਾ ਹੈ, ਕਾਮਨਾ ਹੈ, ਇਹ ਮਾਸੂਮ ਬੱਚਾ ਕੀ ਸਮਝੇਗਾ ਕਿ ਜਵਾਨੀ ਕੀ ਆਉਂਦੀ ਹੈ? ਹਾਂ, ਜਵਾਨ ਹੋ ਕੇ ਹੀ ਪਤਾ ਚੱਲਦਾ ਜਵਾਨੀ ਕਿਸ ਨੂੰ ਕਹਿੰਦੇ, ਉਂਝ ਨਹੀਂ, ਉਂਝ ਨਹੀਂ। ਅਤੇ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ? ਭਾਵੇਂ ਬੁੱਢਾ ਉਹਦਾ ਪਿਓ ਹੋਵੇ ਅਤੇ ਦਾਦਾ ਹੋਵੇ, ਦੇਖਦਾ ਹੋਵੇ। ਬੁਢੇਪਾ ਕੀ ਹੈ, ਇਹਦੀ ਸਮਝ ਤੋਂ ਪਰੇ। ਬੁਢੇਪੇ ਦੀਆਂ ਖੂਬੀਆਂ ਕੀ ਨੇ ਅਤੇ ਬੁਢੇਪੇ ਦੀਆਂ ਮਜਬੂਰੀਆਂ ਕੀ ਨੇ? ਬੁਢੇਪੇ ਦੀ ਮਹਾਨਤਾ ਕੀ ਹੈ ਅਤੇ ਬੁਢੇਪੇ ਦੀਆਂ ਕਮੀਆਂ ਕੀ ਨੇ? ਇਹ ਜਵਾਨ ਨੂੰ ਕੀ ਪਤਾ? ਬੁੱਢੇ ਹੋ ਕੇ ਹੀ ਪਤਾ ਚੱਲਦਾ ਬੁਢੇਪਾ ਕੀ। ਅਤੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ? ਭਾਵੇਂ ਮੁਰਦੇ ਉਸਨੇ ਸੈਂਕੜੇ ਦੇਖੇ ਹੋਣ, ਭਾਵੇਂ ਸੈਂਕੜੇ ਦਫ਼ਾ ਸ਼ਮਸ਼ਾਨ ਘਾਟ 'ਤੇ ਗਿਆ ਹੋਵੇ, ਭਾਵੇਂ ਬਹੁਤ ਸਾਰੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ, ਇਸ ਬੁੱਢੇ ਨੂੰ ਕੀ ਪਤਾ ਮੌਤ ਕਿਸ ਨੂੰ ਕਹਿੰਦੇ ਨੇ? ਮਰ ਕੇ ਹੀ ਪਤਾ ਚੱਲਦਾ ਮੌਤ ਕੀ ਹੈ। ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ। ਪਰਮਾਤਮਾ ਦੇ 'ਚ ਲੀਨ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਊਚੇ ਕੋ ਜਾਣੇ ਸੋ ਹੋ ਜਾਣੇ ਦੂਸਰਾ ਨੇ। ਜਿਤਨਾ ਵੱਡਾ ਪਰਮਾਤਮਾ ਆਪ ਹੈ, ਇਤਨਾ ਹੀ ਕੋਈ ਵੱਡਾ ਹੋਵੇ। ਜਿਤਨਾ ਜਵਾਨ ਹੈ ਇਹ ਬੱਚਾ, ਉਤਨਾ ਜਵਾਨ ਹੋ ਜਾਏ ਫਿਰ ਜਵਾਨੀ ਨੂੰ ਸਮਝੇਗਾ, ਅਜੇ ਨਹੀਂ। ਇਹ ਜਵਾਨ ਬੁੱਢਾ ਹੋ ਜਾਏ ਤਾਂ ਬੁਢੇਪੇ ਨੂੰ ਸਮਝੇਗਾ, ਅਜੇ ਨਹੀਂ। ਮੌਤ ਆ ਗਈ ਤਾਂ ਸਮਝੇਗਾ ਕਿਸ ਨੂੰ ਕਹਿੰਦੇ ਨੇ ਮੌਤ, ਅਜੇ ਨਹੀਂ, ਅਜੇ। ਇਹ ਵੱਡ ਉੱਚਾ ਹੋਵੇ ਕੋਏ, ਪਰਮਾਤਮਾ ਨੇ ਇੱਕ ਬਖਸ਼ਿਸ਼ ਰੱਖੀ ਹੋਈ ਹੈ, ਇਹ ਜੀਵ ਪਰਮਾਤਮਾ ਜੈਸਾ ਹੋ ਸਕਦਾ, ਹੋ ਸਕਦਾ। ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਬਹਿਓ ਅਨ ਕਤੇ ਨਾ ਜਾਈ। ਕਬੀਰ ਕਹਿੰਦੇ ਨੇ ਸੱਚ ਹੋ ਗਿਆ, ਹੁਣ ਕਬੀਰ ਨਹੀਂ ਰਿਹਾ, ਸੱਚ ਰਹਿ ਗਿਆ, ਗੱਲ ਖਤਮ ਹੋ ਗਈ, ਕਬੀਰ ਤਾਂ ਖਤਮ ਹੋ ਗਿਆ। ਸਾਚ ਬਹਿਓ, ਹੁਣ ਸੱਚ ਹੋ ਗਿਆ, ਹੁਣ ਸੱਚ ਪ੍ਰਗਟ ਹੋ ਗਿਆ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮ ਹੋਏ ਨਿਵਰਿਓ। ਹੁਣ ਕਬੀਰ ਰਾਮ ਹੋ ਗਿਆ, ਕਬੀਰ ਕਬੀਰ ਨਹੀਂ ਰਿਹਾ, ਹੁਣ ਸਿੱਖ ਗੁਰੂ ਜੈਸਾ ਹੋ ਗਿਆ ਹੈ। ਔਰ ਗੁਰੂ ਮਾਣ ਨਾਲ ਕਹਿ ਦਿੰਦਾ ਹੈ ਇਹ ਮੇਰਾ ਆਪਣਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਤਾਂ ਖਾਸ ਰੂਪ ਹੈ ਮੇਰਾ, ਮੇਰੇ ਸਰੂਪ ਦੇ ਦਰਸ਼ਨ ਕਰਨੇ ਨੇ ਅਤੇ ਖਾਲਸੇ ਦੇ ਦਰਸ਼ਨ ਕਰਨੇ। ਸਾਫ਼ ਕਿਹਾ,
ਸਰਵਲੋ ਗ੍ਰੰਥ ਵਿੱਚ ਸਭ ਕੁਝ ਲਿਖਿਆ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਅੱਜ ਦਾ ਪਾਵਨ ਪਵਿੱਤਰ ਵਾਕ ਲੰਬਾ ਵੀ ਕਾਫੀ ਹੈ ਅਤੇ ਮੈਂ ਇਸੇ ਦਰਸ਼ਨ ਫਿਲੋਸਫੀ 'ਚ ਨਾ ਰਹਿ ਜਾਵਾਂ, ਲੇਕਿਨ ਮੈਂ ਫਿਰ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹ ਜਾਣਿਆ ਨਹੀਂ ਜਾਣ ਸਕੇ, ਜਿਨ੍ਹਾਂ ਨੇ ਕਥਨ ਵੀ ਕੀਤਾ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ, ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ, ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ, ਇਹ ਅੱਖਾਂ ਨਹੀਂ ਪਹੁੰਚ ਸਕਦੀਆਂ। ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ, ਖੁਰਦਬੀਨ ਬਣਾ ਦਿੱਤੀ ਹੈ, ਦੂਰਬੀਨ ਬਣਾ ਦਿੱਤੀ ਹੈ, ਦੂਰ ਦੀ ਚੀਜ਼ ਵੇਖ ਸਕਦੇ ਹਾਂ, ਬਾਰੀਕ ਚੀਜ਼ ਵੇਖ ਸਕਦੇ ਹਾਂ, ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ। ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਹੈ, ਹਜ਼ਾਰਾਂ ਮੀਲ ਦੀ ਦੂਰੀ 'ਤੇ ਕੋਈ ਫੋਨ ਸਾਨੂੰ ਕਰ ਰਿਹਾ ਅਸੀਂ ਸੁਣ ਰਹੇ, ਪਹਿਲੇ ਕਿੱਥੇ ਸੁਣ ਸਕਦੇ ਸੀ। ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ, ਇੱਕ ਮੁਲਕ ਦੇ 'ਚ ਅਸੀਂ ਬੋਲਦੇ ਪਏ ਹਾਂ, ਦੂਜੇ ਮੁਲਕ ਦੇ 'ਚ ਅਗਲਾ ਸੁਣ ਰਿਹਾ। ਇੰਦਰੀਆਂ ਦੀ ਸ਼ਕਤੀ 'ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ, ਫਿਰ ਵੀ ਇਹ ਇੰਦਰੇ ਪਰਮਾਤਮਾ ਤੱਕ ਨਹੀਂ ਪਹੁੰਚੇ, ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ, ਸਮਝ ਗਏ ਪਰਮਾਤਮਾ। ਹਾਂ ਇਤਨਾ ਹੀ ਆਖਿਆ ਪਰਮਾਤਮਾ ਨਹੀਂ ਹੈ, ਇਹ ਜ਼ਰੂਰ ਆਖਿਆ। ਜੈਸੇ ਕੱਲ੍ਹ ਤੁਹਾਨੂੰ ਵਾਸੂ ਭਾਰਦਵਾਜ ਦੱਸਦੇ ਸਨ ਕਿ ਮੈਂ ਨਾਸਤਿਕ ਰਿਹਾ, ਮੈਨੂੰ ਖੁਦ ਕਹਿੰਦੇ ਸਨ ਮੈਂ ਨਾਸਤਿਕ ਰਿਹਾ, ਮੈਂ ਨਹੀਂ ਮੰਨਦਾ ਸੀ ਸਾਇੰਟਿਸਟ। ਅਕਸਰ ਸਾਇੰਟਿਸਟ ਨਾਸਤਿਕ ਹੁੰਦੇ ਹਨ, ਪਦਾਰਥ ਦੀ ਖੋਜ ਕਰਦਿਆਂ ਕਰਦਿਆਂ ਦਿਮਾਗ ਪਦਾਰਥਵਾਦੀ ਬਣ ਜਾਂਦਾ। ਪਦਾਰਥ ਦੀਆਂ ਅਗੰਮੀ ਖੇਡਾਂ ਦੇਖ ਦੇਖ ਕੇ ਉਹ ਪਰਮਾਤਮਾ ਤੋਂ ਇਨਕਾਰੀ ਹੋ ਜਾਂਦੇ ਨੇ, ਇਨਕਾਰੀ ਹੋ ਜਾਂਦੇ ਨੇ। ਜਦ ਸਾਇੰਸ ਵਿਗਿਆਨ ਦੀ ਇਹ ਖੋਜ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੀ, ਉਹ ਦੂਰ ਹੋਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ 'ਚ ਆ ਕੇ, ਤੋ ਇਸ ਅਗੰਮੀ ਸ਼ਕਤੀ ਨੂੰ ਉਸਨੇ ਕਬੂਲ ਕਰ ਲਿਆ ਵੀ ਹੈ, ਇਹ ਤਾਂ ਕੋਈ ਖੇਡ ਹੈ। ਮੈਨੂੰ ਕਹਿੰਦੇ ਸਮਝ 'ਚ ਤਾਂ ਮੇਰੀ ਨਹੀਂ ਆਈ ਕੋਈ, ਪਰ ਹੈ ਇਹ ਖੇਡ ਹੈ। ਹੁਣ ਕੌਣ ਦੱਸੇ ਸਮਝ 'ਚ ਆ ਵੀ ਨਹੀਂ ਸਕਦੀ, ਨਹੀਂ ਆ ਸਕਦੀ, ਸਮਝ ਲੀਨ ਹੋ ਜਾਂਦੀ ਹੈ, ਨਮਕ ਦੀ ਡਲੀ ਲੀਨ ਹੋ ਜਾਂਦੀ ਹੈ, ਵਾਪਸ ਦੱਸਣ ਜੋਗਾ ਨਹੀਂ ਰਹਿੰਦੀ, ਨਹੀਂ ਰਹਿੰਦੀ। ਜਿੰਨੇ ਵੀ ਲੀਨ ਹੋ ਗਏ ਉਹਨਾਂ ਨੇ ਕਹਿ ਦਿੱਤਾ ਅਕਤ, ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ। ਮੈਂ ਉਰਦੂ ਦਾ ਇਹ ਸ਼ੇਰ ਫਿਰ ਤੁਹਾਨੂੰ ਸਰਵਨ ਕਰਾਵਾਂ ਸੂਫੀ ਦਾ, ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛੀਏ, ਕਿਸ ਤੋਂ ਪੁੱਛੀਏ। ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਜਿਹਦੇ ਕੋਲ ਖਬਰ ਸੀ, ਇਹ ਖੁਦਾ ਤੇਰੀ ਖਬਰ ਜਿਹਦੇ ਕੋਲ ਸੀ ਉਹ ਤਾਂ ਦੱਸਣ ਜੋਗਾ ਹੀ ਨਹੀਂ, ਉਹ ਤਾਂ ਦੱਸਣ ਜੋਗਾ ਹੀ ਨਾ ਰਿਹਾ, ਅਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨਹੀਂ, ਉਹ ਪਹੁੰਚੇ ਕੋਈ ਨਹੀਂ, ਉਹ ਗਲਤ ਪਤਾ ਦੱਸਦੇ ਪਏ ਨੇ, ਉਹ ਗਲਤ ਠਿਕਾਣਾ ਦੱਸਦੇ ਪਏ ਨੇ। ਅਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ਬਾਨ ਦੀ ਪਹੁੰਚ ਨਹੀਂ, ਮੈਂ ਨਹੀਂ ਕਹਿ ਸਕਦਾ, ਮੈਂ ਨਹੀਂ ਦੱਸ ਸਕਦਾ। ਇਹ ਦੁਬਦਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਗਈ ਮਨੁੱਖੀ ਦੁਨੀਆ 'ਚ। ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਜੋਗਾ ਨਹੀਂ, ਅਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪਏ ਨੇ, ਦੱਸਦੇ ਪਏ ਨੇ, ਰੱਜ ਕੇ ਦੱਸਦੇ ਪਏ ਨੇ, ਦੱਸਦਿਆਂ ਦੱਸਦਿਆਂ ਥੱਕਦੇ ਵੀ ਨੇ, ਬੜਾ ਦੱਸਦੇ ਪਏ ਨੇ, ਬੜੇ ਬੈਸ ਮਬਾਸੇ।
ਨਾਲ ਸਾਰੇ ਸਾਥੀ ਬੈਠੇ ਸਨ। ਥੋੜ੍ਹੇ ਦਿਨ ਇੱਕ ਸੱਜਣ ਨੇ ਫੋਨ ਕੀਤੀ, ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲੱਛਣ ਦੱਸ ਦਿਓ, ਕਿਧਰੇ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇਗੀ। ਉਹ ਲੱਛਣ ਮੇਰੇ ਵਿੱਚ ਹਨ, ਆ ਕੇ ਦੇਖ ਲਿਓ, ਇਹ ਲੱਛਣ ਮੇਰੇ ਵਿੱਚ ਹਨ। ਮੈਂ ਸਾਰੇ ਬ੍ਰਹਮ ਗਿਆਨੀ ਦੇ ਲੱਛਣ ਰੱਖਦਾ। ਤੁਸੀਂ ਕਹਿੰਦੇ ਹੋ ਕਰੋੜਾਂ 'ਚ ਕੋਈ ਇੱਕ ਅੱਧ ਹੁੰਦਾ, ਹਰ ਸ਼ਹਿਰ ਦੇ 'ਚ ਨਹੀਂ ਆਉਂਦਾ, ਆਉਂਦੇ ਨੇ। ਮੈਂ ਬ੍ਰਹਮ ਗਿਆਨੀ, ਮੈਂ ਬ੍ਰਹਮ ਗਿਆਨੀ, ਮੈਂ ਕਿਹਾ ਠੀਕ ਹੈ, ਹੁਣ ਤੇਰੇ ਨਾਲ ਪੈਸ ਕੀ ਕਰੀਏ, ਬਿਹਤਰ ਹੋਵੇਗਾ ਮੈਂ ਕਿਹਾ ਹੋਸਪਿਟਲ 'ਚ ਇਲਾਜ ਕਰਾ ਲੈ। ਮੈਂ ਫਿਰ ਇੰਨਾ ਹੀ ਕਹਿ ਕੇ ਜਾਣ ਛੋੜਾ, ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ, ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ, ਅਤੇ ਉਹਨਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ, ਨਹੀਂ ਜਾਣਦੇ, ਨਹੀਂ ਜਾਣਦੇ, ਸਾਨੂੰ ਕੁਛ ਵੀ ਪਤਾ ਨਹੀਂ, ਕੁਛ ਵੀ ਪਤਾ ਨਹੀਂ। ਉਹਨਾਂ ਦਾ ਇਹ ਕਹਿਣਾ ਗੁਸਤਾਖੀ ਮਾਫ, ਕੁਛ ਪਤਾ ਹੈ, ਕੁਛ ਪਤਾ ਹੈ। ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ, ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ, ਨਹੀਂ ਕਥਨ ਕਰ ਸਕਦੇ, ਕੁਝ ਇਸ਼ਾਰਾ ਕਰ ਰਿਹਾ, ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ, ਕੋਈ ਖੇਡ ਬਣੇ, ਕੋਈ ਰਸ ਬਣੇ। ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇ ਤਾਂ ਤੁਹਾਡੇ ਨੇੜੇ ਇੱਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ 3-4 ਦਿਨ ਦਾਅਵਾ ਕੀਤਾ, ਅੰਮ੍ਰਿਤ ਵੇਲੇ ਹੀ ਆ ਕੇ ਸਿਰ ਖਾਂਦਾ ਸੀ। ਮੈਂ ਪਹਿਲੀ ਦਫ਼ਾ ਸਟੇਜ 'ਤੇ ਬ੍ਰਹਮ ਗਿਆਨ ਨੂੰ ਲਿਆਂਦਾ, ਮੈਂ ਕਿਹਾ ਲਿਆਂਦਾ ਹੋਵੇਗਾ, ਅੱਜ ਤੱਕ ਵਿਚਾਰੇ ਜਿੰਨੇ ਅਵਤਾਰ ਹੋਏ ਨੇ ਉਹ ਤਾਂ ਇਵੇਂ ਹੀ ਹੋਏ ਨੇ, ਤੋਂ ਹੀ ਲਿਆਂਦਾ ਹੋਵੇਗਾ ਪਹਿਲੀ ਦਫ਼ਾ। ਇਸ ਤਰ੍ਹਾਂ ਦੇ ਮਿਲਦੇ ਨੇ, ਬਹੁਤ ਆਦਤ 'ਚ ਮਿਲਦੇ ਨੇ। ਸੂਫੀ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਗੁਰੂ ਨਾਨਕ ਦੇਵ ਜੀ ਮਹਾਰਾਜ, ਸੋਈ ਅਜਾਨ, ਅਨਜਾਨ ਕਹਿ ਦਿਉ ਉਸਨੂੰ, ਮੂੜ ਕਹਿ ਦਿਉ, ਸੋਈ ਅਜਾਨ ਕਹੇ ਮੈਂ ਜਾਣੇ। ਗੁਰੂ ਨਾਨਕ ਬਸ ਉਸੇ ਨੂੰ ਅਨਜਾਣ ਸਮਝ ਲਓ ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਨੂੰ ਪਤਾ ਹੈ, ਮੈਂ ਬ੍ਰਹਮ ਗਿਆਨੀ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰੇ, ਪਰ ਜਿਹਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ। ਹਰ ਕਾ ਭਗਤ ਪ੍ਰਗਟ ਨਾ ਛਪੇ, ਨਹੀਂ ਛਪਦਾ। ਕਿਹਦੀ ਨਿਗਾਹ 'ਚ? ਜਾਣਨ ਵਾਲਿਆਂ ਦੀ ਨਿਗਾਹ, ਜਾਣਨ ਵਾਲਿਆਂ ਦੀ ਨਿਗਾਹ। ਇਸ ਨੂੰ ਪੰਚਦਸ਼ੀ ਦੇ ਕਰਤਾ ਨੇ ਇੰਜ ਵੀ ਲਿਖਿਆ, ਉਹ ਪ੍ਰਭੂ ਕੀ ਹੈ ਸ਼ਿਸ਼ ਪੁੱਛਦਾ, ਉਹਦੀ ਵਿਆਖਿਆ ਕਰਕੇ ਦੱਸੋ, ਬਿਆਨ ਕਰੋ। ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ, ਬਹੁਤ ਕੀਮਤੀ, ਉਹਨੂੰ ਆਖਿਆ ਇਹ ਵੇਚ ਕੇ ਆ ਜਾ, ਪਰ ਪਹਿਲੇ ਤੋਂ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ, ਤੂੰ ਦੱਸੀ ਉਹ ਦਿੰਦਾ ਕੀ ਹੈ, ਫਿਰ ਮੇਰੇ ਕੋਲ ਇਜਾਜ਼ਤ ਲੈ ਜਾਈ ਵੇਚਣ ਵਾਸਤੇ। ਉਹ ਜੋ ਫਜ਼ਾਨਾ ਸਬਜ਼ੀ ਵੇਚਦਾ ਨਾ, ਉਹਦੇ ਕੋਲ ਲੈ ਜਾ, ਬਈ ਮੈਂ ਪੱਥਰ ਵੇਚਣਾ ਲੈਣਾ ਹੀ। ਉਹ ਦੂਜਾ ਜੋ ਕੱਪੜੇ ਦੀ ਦੁਕਾਨ ਹੈ, ਬਜਾਜ਼ੀ ਦੀ ਕੱਢੀ ਬੈਠਾ, ਉਹਦੇ ਕੋਲ ਜਾਏ ਅਤੇ ਕਹੀਂ ਮੈਂ ਵੇਚਣਾ, ਮੇਰੇ ਸੰਤ ਨੇ ਮੈਨੂੰ ਭੇਜਿਆ, ਉਹ ਕੀ ਮੁੱਲ ਤੈਨੂੰ ਦੱਸਦਾ। ਅਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ, ਉਹ ਜਿਹੜਾ ਕਸਾਈ ਹੈ ਮਾਸ ਵੇਚਦਾ, ਉਹਦੇ ਕੋਲ ਚਲਾ ਜਾ, ਕਹੀਂ ਇਹ ਮੈਂ ਵੇਚਣਾ ਕੀ ਲਏਗਾ, ਮੈਨੂੰ ਆ ਕੇ ਦੱਸੀ, ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੁੱਲ ਵੇਚਣਾ।
ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ, ਇੱਥੇ ਰੱਖ ਜਾ ਇਸ ਪੱਥਰ ਨੂੰ। ਕੱਪੜੇ ਵਾਲੇ ਨੇ ਕਹਿ ਦਿੱਤਾ ਚਲੋ ਇੱਕ ਚੋਲੇ ਦਾ ਕੱਪੜਾ ਤੈਨੂੰ ਦੇ ਦੇਣਾ, ਪੱਥਰ ਜ਼ਰਾ ਚਮਕਦਾ ਪਿਆ, ਠੀਕ ਹੈ ਰੱਖ ਲਿਆ। ਕਸਾਈ ਕੋਲ ਚਲਾ ਗਿਆ, ਕਹਿੰਦਾ ਲੋੜ ਤਾਂ ਆਪਣੇ ਨੂੰ ਕੋਈ ਨਹੀਂ ਇਹਦੀ, ਪਰ ਤੂੰ ਹੁਣ ਆਇਆ ਅਤੇ ਸੰਤ ਨੇ ਤੈਨੂੰ ਭੇਜਿਆ, ਚਲੋ ਇੱਕ ਡੰਗ ਦਾ ਮਾਸ ਲੈ ਜਾ, ਬਸ ਇੰਨਾ। ਉਹ ਵਾਪਸ ਆ ਗਿਆ, ਕਹਿਣ ਲੱਗਾ ਸੰਤ ਜੀ ਕਿਹਦੇ ਕੋਲ ਵੇਚਾਂ? ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ। ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹਦੇ ਕੋਲ, ਉਹ ਸੀ ਜੌਹਰੀ, ਉੱਥੇ ਹੋਆ ਪਰ ਵੇਚੀ ਨਾ, ਮੈਨੂੰ ਆ ਕੇ ਦੱਸੇ, ਮੈਨੂੰ ਆ ਕੇ ਦੱਸੇ। ਜੌਹਰੀ ਕੋਲ ਗਿਆ, ਉਹਨੇ ਆਖਿਆ 10,000 ਸੋਨੇ ਦੀਆਂ ਮੋਹਰਾਂ ਲੈ ਲੈ, ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ, ਇਹ ਇਸ ਧਨ ਤੋਂ ਵੀ ਕੀਮਤੀ ਹੈ, ਕੀਮਤੀ ਹੈ। ਜੇ ਤੇਰਾ ਜੀ ਕਰੇ ਇਹ 10,000 ਮੋਹਰਾਂ ਲੈ ਲੈ, ਇਹਨੂੰ ਰੱਖ ਜਾ, ਪਰ ਇਹਦੀ ਕੀਮਤ ਨਹੀਂ ਹੈ, ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਹੈ ਨਹੀਂ ਇੰਨਾ ਹੀ, ਜੇ ਇਤਨੇ ਹੀ ਤੂੰ ਵੇਚਣਾ ਚਾਹੇ ਰੱਖ ਜਾ। ਦੰਗ ਰਹਿ ਗਿਆ, ਆ ਕੇ ਸੰਤ ਨੂੰ ਦੱਸਿਆ, ਕਹਿੰਦੇ ਇੰਨਾ ਮੁੱਲ ਪਾਇਆ ਉਸਨੇ, ਅਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ, ਮੁੱਲ ਨਹੀਂ ਹੈ, ਆਪਣੇ ਕੋਲ ਹੋਰ ਹੈ ਨਹੀਂ, ਇੰਝ ਕਹਿੰਦਾ। ਪੰਚਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦੱਸੀ ਹੈ। ਪੰਚਦਸੀ ਦਾ ਕਰਤਾ ਫਿਰ ਲਿਖਦਾ ਹੈ, ਸਬਜ਼ੀ ਮੰਡੀ ਇਹ ਵੇਚਣ ਵਾਲੇ, ਮਾਸ ਵੇਚਣ ਵਾਲੇ, ਕੱਪੜੇ ਵੇਚਣ ਵਾਲੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਬਾਜ਼ਾਰਾਂ ਦੇ ਬਾਜ਼ਾਰ ਨੇ, ਹੀਰਾ ਅਤੇ ਕਿਧਰੇ ਕਿਧਰੇ ਵਿਕਦਾ, ਲੰਬੀ ਛੋੜੀ ਮਾਰਕੀਟ ਨਹੀਂ ਆਉਂਦੀ, ਲੰਬੇ ਛੋੜੇ ਬਾਜ਼ਾਰ ਨਹੀਂ ਆਉਂਦੇ, ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ। ਸੋਈ ਅਜਾਨ ਕਹੇ ਮੈਂ ਜਾਣਿਆ, ਮੈਂ ਜਾਣ ਲਿਆ, ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੋਹਰ ਲੱਗ ਗਈ, ਅਣਜਾਣ ਹੈ, ਨਹੀਂ ਜਾਣਦਾ, ਨਹੀਂ ਜਾਣਦਾ। ਗੁਰੂ ਨਾਨਕ ਕਹਿੰਦੇ ਨੇ ਇਸ 'ਤੇ ਮੋਹਰ ਲੱਗ ਗਈ, ਇਹ ਨਹੀਂ ਜਾਣਦਾ। ਸੋਈ ਅਜਾਨ ਕਹੇ ਮੈਂ ਜਾਣਿਆ, ਮੈਂ ਇਸ ਵਾਸਤੇ ਕਹਿ ਰਿਹਾ, ਅੱਜ ਤੱਕ ਬਹੁਤ ਸਾਰਿਆਂ ਨੇ ਮੇਰੇ ਅੱਗੋਂ ਦਾਅਵੇ ਕੀਤੇ ਨੇ ਅਸੀਂ ਬ੍ਰਹਮ ਗਿਆਨੀ ਹਾਂ, ਤੁਸੀਂ ਕੀ ਸਮਝਦੇ ਹੋ ਸਾਨੂੰ, ਅਸੀਂ ਬ੍ਰਹਮ ਗਿਆਨੀ ਹਾਂ। ਇੱਕ ਤਾਂ ਥੋੜ੍ਹੇ ਦਿਨ ਹੋਇਆ, ਔਖਾ ਹੀ ਹੋ ਗਿਆ, ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰਹਮ ਗਿਆਨੀ? ਮੈਂ ਕਿਹਾ ਨਹੀਂ ਬਾਬਾ ਜੀ, ਸ਼ੱਕ ਨਹੀਂ ਕਰਦੇ, ਤੁਸੀਂ ਬ੍ਰਹਮ ਗਿਆਨੀ ਮੰਨਦੇ ਹਾਂ। ਹੁਣ ਖੇੜਾ ਮੈਂ ਕਿਹਾ ਸਾਡਾ ਛੱਡੋ, ਇਹ ਬ੍ਰਹਮ ਗਿਆਨ ਸਿਰ ਦਾ ਭੋਜ ਬਣ ਗਿਆ। ਮੈਂ ਕਿਹਾ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ, ਸ੍ਰੀ 108, ਸ੍ਰੀ 111, ਆਪਣੇ ਨਾਲ ਲਕਬ ਜੋੜਨ ਵਾਲੇ ਬੜੇ ਨੇ, ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਅਹੁਦੇ ਰੁਤਬੇ ਉਪਾਧੀਆਂ ਜੋੜਨ ਵਾਲੇ ਮਿਲਣਗੇ। ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਧੀਆਂ ਨਾਲ ਜੋੜਨਾ ਹੀ ਇਸ ਗੱਲ ਦਾ ਸਬੂਤ ਹੈ, ਨਹੀਂ ਜਾਣਦੇ, ਨਹੀਂ ਜਾਣਦੇ। ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਨਾ ਰਹੇ। ਪਰ ਜੋ ਜਾਣਨ ਵਾਲਾ ਹੈ ਉਹ ਜਾਣਨ ਵਾਲਿਆਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿੰਦਾ, ਨਹੀਂ ਰਹਿੰਦਾ। ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾ। ਪਰ ਰਤਨ ਨਹੀਂ ਛੁਪੇਗਾ ਜੋਰੀ ਦੀ ਨਿਗਾਹ ਤੋਂ, ਸਬਜ਼ੀ ਵੇਚਣ ਵਾਲੀ ਦੀ ਨਿਗਾਹ ਤੋਂ ਛੁਪ ਜਾਏਗਾ, ਕਸਾਈ ਦੀ ਨਿਗਾਹ ਤੋਂ ਛੁਪ ਜਾਏਗਾ, ਬਜਾਜ ਦੀ ਦੁਕਾਨ, ਬਜਾਜੀ ਦੀ ਦੁਕਾਨ ਕਰਨ ਵਾਲੇ ਤੋਂ ਛੁਪ ਜਾਏਗਾ, ਕੋਈ ਜੌਹਰੀ ਪਹਿਚਾਣ ਲਏਗਾ। ਅਤੇ ਜੌਹਰੀ ਹਰ ਜਗ੍ਹਾ ਨਹੀਂ ਆਉਂਦੇ, ਕੱਪੜੇ ਦੀ ਪਰਖ ਕਰਨ ਵਾਲੇ, ਸਬਜ਼ੀ ਦੀ ਪਰਖ ਕਰਨ ਵਾਲੇ, ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ,
हीरे की परख करने वाले हर जगह नहीं होते, हर जगह नहीं होते। हर का भगत प्रगट न छपे, अनेक जतन कर हृदय राखिया रतन, न छपे छपाया सोई अजान अनजान समझ लो, जिड़ा दावा करे मैं जानना जानना। ये बहुत बड़ी गल जगत गुरु बावे धन गुरु नानक देव जी महाराज ने आख दी है, सोई अजान कहे मैं जानिया, जानन हार न छाना रे। सूफी सनो इस तरह बयान कर रहे हैं, किससे पता पूछें मंजिले जाना, ए मेरे खुदा तेरी खबर किसते कोलो लई है, किस कोल पूछी है। आना ते चाहते हैं तेरे नाल जुड़ना ते चाहते हैं, रस माणना ते चाहते हैं, तेरा प्यार ते बड़ा जा गया, पर पूछिए कि देखो किदे कोल पता पूछिए, किससे पता पूछें मंजिले जाना। जिसको खबर थी तेरी वो बेखबर मिला, जो तेरे विच लीन सी वो थी कुछ कहन जोगा नहीं, कहिंदा सी नेती नेती ए भी नहीं ए भी नहीं, जो मैं देखे है ए भी नहीं, जो मैं बयान कीता है ए भी नहीं, जो मैं समझे है ए भी नहीं, मेरी समझ दी सीमा, मेरे बयान दी सीमा, मेरे सुनन दी सीमा, क्या हों कथी कथे कथ देखा मैं अकथ ना कथना। ऐसा नहीं कि मैं कथन नहीं कीता, कीता है कथन, कथन कर करके पता चले है अकथ है, नहीं कह सकते नहीं कह सकते, कहन ना जाई अकथ। शब्द का जो सारण सी तुच्छ बुद्धि अनुसार मैं थोड़े सामने रखे, छंद कई ने श्लोक कई ने, इस वास्ते समय की उलंघना ना करिए, हुण तुसी अखरी अर्थ जो है सरवण करो, प्यार न लाखो सतनाम श्री सतनाम वाहिगुरु साहिब जी जैत सारी। महला पंजवा, घर दूजा छंत एक ओंकार। ओ वाहिद है एक है, उस तो उत्पत्ति पालना ते नाश हो रहा है, और वो सत स्वरूप है, उसे तो ही सारा ज्ञान आ रहा है, गुरु है, और वो प्रसाद है, बख्शिश है, करीम है, रहीम है। जैत श्री राग ते फिर दो ताला दे, एक ताला दो ताला तीन ताल चौ ताल, ये ताला दे नाम ने, राग ते ताल सुर ते ताल। महाराज ने नाल सुर भी लिख दी है, ताल भी लिख दिता है। सुर जैत श्री, राग जैत श्री, ताल दो। जो थोड़ी बहुत संगीत दी मस रखते हैं उन्होंने पता होगा, गा रहे है तीन ताल दे, अगला वजा रहे है एक ताल, तो तालमेल नहीं बैठेगा, हो सकता है सुर दे गाने वाला बेसुरा हो जाए। सुर दे नाल ताल चाहिए, ताल दे नाल सुर चाहिए, बड़ी कमाल दी में पातशाह दी देन है सुर ते ताल दी। जैत श्री राग सुर और दो ताला, ये मेरे पातशाह ने ये छंद ते श्लोक उच्चारण किए ने, लड़ी वाप आप सरवन करो। हाँ जी, श्लोक उच्चा अगम अपार प्रभ कथन ना जाए अकथ। जो अगम है इंद्रिया की पहुँच तो परे है, जो बहुत उच्चा है सोच तो भी उच्चा है, उत्थे तक कल्पना भी नहीं जाती, उत्थे तक सोच भी नहीं जाती, उत्थे तक तखयल भी नहीं जाता, तखयल दी भी सीमा है, सोच दी भी सीमा है, कल्पना दी भी सीमा है, उस तो भी उच्चा है, उस तो भी उच्चा है, इंद्रियां दी पहुँच तो उपर है, अगम है। फिर महाराज कहन ना जाई अकथ, कहा भी नहीं जा सकता,
ਬਿਆਨ ਨਹੀਂ